हाँ जी प्यारे बच्चों, आगे जी आप अभ्यास नंबर 11.1 पार्ट नंबर 2 कैम जी हो जाओ फटाफट तोड़े को। देखो सिंपल जी गल है, जेड़ा बच्चा इंटरनेट तो पढ़ रहा है ठीक है जी, उन्हों कोई डाउट रहा होगा और होगा वो इंटेलिजेंट बच्चा, क्योंकि आम बच्चे नो छेती छेती चीजें ऑनलाइन च नहीं समझ आती है ठीक है। सो तुसी जेड़े देख रहे हो तो मतलब सारे अच्छे बच्चे हो जिन्हों है भी मैं पढ़ाई करनी है, क्योंकि जो नहीं है पढ़ने वाला उसने मैं वीडियो नहीं देखना। सो इस करके कैम जे हो जो शाबाश है तुहानू कि तुसी जुड़े हुए हो अपने नाल ठीक है। सो देखो जी तुहाडे को कहिंदा सारणी नू पूरा करो, सीधा अनुपात है याद है, सीधे अनुपात च की हुंदा सी, पहली एक्स वन दूजी एक्स टू वाई वन वाई टू। फार्मूला की है, फार्मूला है एक्स वन ओवर वाई वन एक्स टू ओवर वाई टू। तो एक्स वन की थां ते की भर दो 2, वाई टू की थां ते की भर दो 8, ओदी थां ते एक्स टू की थां ते ए, ओदी थां ते बी, क्रॉस करके भी उधर ले जो तुहाडे को। सो 2/8 गुणा भी, क्योंकि भाग बटे उधर जाके गुणा हो जाती है। सो देखो जी कटिंग कर लो आप, 2 एकम 2, 2 चौके 8, 4 दे बड़े ते भी आंदा 4 एकम 4, 4 5 भी। सो ए दी वैल्यू 5 आ गई। ਜਦੋਂ ਇਹਦੀ ਵੈਲਿਊ 5 ਆ ਗਈ ਤਾਂ ਤੁਸੀਂ ਉਰੇ 5 ਲਿਖ ਲੈਣੀ ਹੈ। ਹੁਣ ਤੁਸੀਂ ਕੀ ਕੀਤਾ ਸੀ, ਪਹਿਲੀ ਵਟਾ ਦੂਜੀ, ਆ ਪਹਿਲੀ ਇਹਦੇ ਵਟੇ ਆ, ਪਹਿਲੀ ਵਟੇ ਪਹਿਲੀ ਦੂਜੀ ਵਟਾ ਦੂਜੀ ਬਰਾਬਰ ਕੀਤੇ ਸੀ। ਹੁਣ ਤੁਸੀਂ ਕੀ ਕਰਨਾ, ਦੂਜੀ ਵਟਾ ਦੂਜੀ ਔਰ ਇਹਦੀ ਵੈਲਿਊ ਤੁਹਾਨੂੰ ਪਤਾ ਲੱਗ ਗਈ। ਹੁਣ 1 ਮਿੰਟ ਰੁਕੋ ਜਰਾ, ਇਹਦੀ ਵੈਲਿਊ ਹੁਣ ਤੁਹਾਨੂੰ ਪਤਾ ਲੱਗ ਗਈ, ਇਹ ਕਿੰਨਾ ਆ ਗਿਆ ਜੀ ਤੁਹਾਡਾ, ਇਹ 5 ਆ ਗਿਆ। ਤੋਂ ਹੁਣ ਇਹਦੀ ਥਾਂ ਤੇ 5 ਰੱਖਣਾ, ਸੋ ਇਹ ਆ ਗਿਆ 5 ਦੂਸਰੀ ਬਟਾ ਆਹ 5/20, ਫਿਰ ਅਗਲੀ 8/80, ਯਾਨੀ ਕਿ x1/y1 x2/y2। ਮਤਲਬ ਸਿੰਪਲ ਆ, ਪਹਿਲੀ ਇਹਦੇ ਵਟੇ ਆ, ਆ ਦੇਖੋ ਇਹਦੇ ਵਟੇ ਆ, ਇਹਦੇ ਵਟੇ ਆ ਬਰਾਬਰ, ਇਹਦੇ ਵਟੇ ਆ ਇਹਦੇ ਬਰਾਬਰ, ਇਹਦੇ ਵਟੇ ਆ ਇਹਦੇ ਬਰਾਬਰ, ਇਹਦੇ ਵਟੇ ਆ ਇਹਦੇ ਬਰਾਬਰ, ਇਹਦੇ ਵਟੇ ਆ, ਸਾਰੇ ਬਰਾਬਰ ਕਰਨੇ ਨੇ ਆਪਾਂ ਨੇ। ਸੋ ਠੀਕ ਹੈ ਜੀ, ਤੁਹਾਡੇ ਕੋਲ ਹੁਣ ਆਪਾਂ ਨੇ ਕਰਨਾ ਕੀ ਹੈ, ਕ੍ਰਾਸ ਕਰੋ ਜੀ, 5 ਨੇ c ਨਾਲ ਗੁਣਾ ਖਾਣੀ ਹੈ, 8 ਨੇ b ਨਾਲ ਗੁਣਾ ਖਾਣੀ ਹੈ ਠੀਕ ਹੈ। ਸੋ 8 ਗੁਣਾ 20 ਹੋ ਗਿਆ, ਆਪਾਂ c ਕੱਢਣਾ ਹੈ ਤਾਂ 5 ਅਸੀਂ ਵਟੇ ਲਿਆਵਾਂਗੇ, 5 ਏਕਮ 5, 5 ਚੌਕਾ 20। ਸੋ c ਦੀ ਵੈਲਿਊ ਆ ਗਈ 8 ਚੌਕਾ 32। ਤੋਂ c ਦੀ ਵੈਲਿਊ ਸਾਨੂੰ 32 ਮਿਲ ਗਈ ਤੁਹਾਡੇ ਕੋਲ ਠੀਕ ਹੈ। 1 ਮਿੰਟ ਰੁਕੋ, a ਦੀ ਵੈਲਿਊ ਸਾਡੀ 5 ਆਈ ਸੀ, ਗਲਤੀ ਹੋ ਗਈ ਜੀ, ਨੂੰ ਥੋੜਾ ਜਿਹਾ ਧਿਆਨ ਨਾਲ ਦੇਖਿਓ, b ਤਾਂ ਆਪਾਂ ਕੱਢਿਆ ਹੀ ਨਹੀਂਗਾ। ਸੋ ਮੈਂ ਗਲਤੀ ਨਾਲ ਇੱਥੇ ਜਿਹੜਾ ਹੈਗਾ b ਲਿਖਣਾ ਸੀਗਾ ਤੁਹਾਡੇ ਕੋਲ ਪਹਿਲਾਂ, ਤੁਹਾਡੇ ਕੋਲ ਜਿਹੜਾ ਹੈਗਾ ਇੱਥੇ ਦੇਖ ਲਓ ਜੀ, ਮਾੜੀ ਜੀ ਗਲਤੀ ਹੋ ਗਈ। ਕੀ ਗਲਤੀ ਹੋ ਗਈ, ਆ ਦੇਖੋ a/b, a ਦੀ ਵੈਲਿਊ 5 ਹੋ ਗਈ, 8/ ਉਰੇ c ਦੀ ਬਜਾਏ b ਹੈ, ਤਾਂ ਇੱਥੇ c ਦੀ ਬਜਾਏ b ਹੈ, ਇੱਥੇ c ਦੀ ਬਜਾਏ b ਹੈ, ਬਾਕੀ ਆਨਸਰ ਠੀਕ ਹੈ, c ਦੀ ਬਜਾਏ b ਹੈ। ਸੋ b ਵੀ ਨਿਕਲ ਗਿਆ ਸਾਡਾ ਹੈ ਨਾ, b ਨਿਕਲ ਗਿਆ ਤਾਂ ਉਰੇ ਇਸ ਖਾਨੇ 'ਚ ਅਸੀਂ 32 ਭਰ ਦੇਣਾ। ਪਹਿਲਾ ਖਾਨਾ ਦੂਜੇ ਖਾਨੇ ਦੇ ਬਰਾਬਰ ਹੋ ਗਿਆ, ਦੂਜਾ ਤੀਜੇ ਦੇ ਬਰਾਬਰ ਹੋ ਗਿਆ, ਹੁਣ ਤੀਜਾ ਖਾਨਾ 8/b ਦੀ ਵੈਲਿਊ ਤੁਸੀਂ ਕਿੰਨੀ ਕੱਢੀ ਹੈ, 32। ਤੀਜਾ ਖਾਨਾ ਚੌਥੇ ਦੇ ਬਰਾਬਰ ਕਰਨਾ ਹੈ ਤੁਸੀਂ, ਤੀਜਾ ਖਾਨਾ ਚੌਥੇ ਦੇ। ਸੋ 8 × 52 ਕ੍ਰਾਸ ਹੋ ਜਾਣੀ ਹੈ, ਇੱਧਰ c × 32, ਆਹੀ ਕੁਐਸਚਨ ਵੱਡਾ ਬਾਕੀ ਸੌਖੇ। ਸੋ 8 × 52 32, ਫੇਰ ਇਹਦੇ ਨੀਚੇ ਲਿਆਓ ਤੁਹਾਡੇ ਕੋਲ c, ਵੈਸੇ ਸਿੱਧਾ ਵੀ ਹੋ ਜਾਣਾ ਸੀਗਾ। 8 ਏਕਮ 8, 8 ਚੌਕਾ 32, 4 ਏਕਮ 4, 13 ਚੌਕ 52। ਤੋ c ਦੀ ਵੈਲਿਊ 13 ਆ ਗਈ, ਤੋ c ਦੀ ਵੈਲਿਊ 13 ਆ ਗਈ ਤਾਂ ਇੱਥੇ 13 ਲਿਖ ਲੈਣੀ। ਪਹਿਲਾ ਖਾਨਾ ਦੂਜੇ ਦੇ ਬਰਾਬਰ, ਦੂਜਾ ਤੀਜੇ ਦੇ, ਤੀਜਾ ਚੌਥੇ ਦੇ, ਚੌਥਾ ਪੰਜਵੇਂ ਦੇ ਕਰਨਾ, ਚੌਥਾ ਪੰਜਵੇਂ ਦੇ ਕਰਨਾ 13/52, ਕਿਉਂਕਿ c ਹੈ 13/52 ਬਰਾਬਰ ਹੈ 15/d ਠੀਕ ਹੈ ਜੀ। ਸੋ ਕ੍ਰਾਸ ਕਰ ਦਈਏ ਆਪਾਂ, ਤੋ d 13 × d ਹੋ ਜਾਏਗਾ ਤੇ ਇੱਧਰ ਆ ਜਾਏਗਾ 15 × 52। ਤੋ d ਦੀ ਵੈਲਿਊ ਆ ਗਈ ਜਿਹੜੀ 15 × 52 / 13, 13 ਏਕਮ 13, 13 ਚੌਕ 52, ਤੋ 15 ਨੇ 4 ਨੂੰ ਗੁਣਾ ਕਰਤੀ, 15 × 4 = 60। ਸੋ d ਦੀ ਵੈਲਿਊ ਤੁਹਾਡੀ ਜਿਹੜੀ ਹੈਗੀ ਆ ਉਹ ਆਪਣੇ ਕੋਲ 60 ਆ ਗਈ, ਕਿਤਾਬ ਨਾ ਮਲਾਉਂਦੇ ਵੀ ਜਾਇਓ ਜੀ। ਹੁਣ ਰਹਿ ਗਈ e, d ਦੀ ਵੈਲਿਊ 60 ਆ ਗਈ, ਉਰੇ ਤੁਸੀਂ 60 ਲਿਖ ਦੇਣੀ ਆ। ਸੋ 15/60 ਹੋ ਜਾਏਗਾ ਜੀ, ਹੁਣ e ਤੇ 80 ਹੋ ਜਾਏਗਾ, 80 ਕ੍ਰਾਸ ਹੋ ਕੇ ਇੱਧਰ ਕਰ ਦੂ, ਇੱਥੇ 60 × 80 ਕਰ ਦੋ e। ਤੋ ਆਪਾਂ ਸਿੱਧਾ ਹੀ ਸਿੱਧਾ ਦੇਖੀਏ, 20 ਦੇ ਪਾੜੇ ਤੇ ਚੱਲੀਏ, 20 × 3 = 60, 20 × 4 = 80, 3 ਏਕਮ 3, 3 × 5 = 15, ਤੋ 5 × 4 = 20, ਤੋ e ਦੀ ਵੈਲਿਊ ਤੁਹਾਡੀ 20 ਆ ਗਈ। ਸੋ ਸਾਰੇ ਦੇ ਸਾਰੇ ਖਾਨੇ ਫਿਨਿਸ਼ ਜੀ ਠੀਕ ਹੈ, ਹੋ ਜਾਓ ਸ਼ਾਬਾਸ਼ ਠੀਕ ਹੈ। ਚੱਲੀਏ ਜੀ ਅੱਗੇ, ਤੁਹਾਡੇ ਕੋਲ
लो जी कहिंदा एक फैक्ट्री विच एक मशीन, अगर पेपर दी गल करदे हो तां इह लाजमी लाजमी पेपर च आउण वाला क्वेश्चन है। इह बहुत वधिया क्वेश्चन है, चौथा क्वेश्चन। सो हौसले नाल देखियो जी, बहुत ईजी क्वेश्चन है, ईजी एलीगेंट क्वेश्चन जिहनूं आपां कहिंदे आ तुहाडे कोल। सो देखिए जी, आपां एक फैक्ट्री विच एक मशीन 5 घंटिआं विच 680, हुण आपां देखो जी एक पासे घंटे ने, एक डब्बा बना लैंदे मैनूं तां जो तुहानूं समझ आ जाए। तो एक पासे घंटे लै लो आपां, घंटे नूं एक्स कह लैने, उरे वाई कह लैने बोतलां नूं। एक फैक्ट्री दी मशीन 5 घंटिआं विच 640 बोतलां भरदी है, 3 घंटिआं विच किन्नीआं भरेगी? घंटे लै लए ते बोतलां लै लईआं, है ना। तो देखो घंटे घंटे हैगे ने 5, तां बोतलां किन्नीआं ने 680, घंटे होणगे 3, तां बोतलां तुसीं दसणीआं। डब्बा बण गया जी सारिआं दा, ठीक है जी। डब्बा बन गया तो समझ लो सारी स्टोरी बन गई थोड़ी, डब्बे की टेंशन बनाओ, बाकी कोई टेंशन नहीं की थोड़े को, ठीक है जी। मेरा ख्याल है सारे का डब्बा बन गया। दोबारा देख लो एक नो एक्स, तुसी ए नहीं सोचना भी घंटिया नो मैं पहला लिया कि जी नो मर्जी ले लो, कोई दिक्कत नहीं। हुण आपां अपने आप नू एक सवाल पूछना है भी जिन्ने घंटे ज्यादा उन्नीआं बोतलां ज्यादा, जिन्ने घंटे ज्यादा होणगे उन्नीआं ज्यादा, एक ज्यादा दूजी ज्यादा, तां समझ लो तुहाडा जिहड़ा हैगा है ओह सिद्धा समान अनुपात हैगा। इह तां आपां नू पता लग गया जी। जे आपां नू पता लग गया तां एक्स दे सामने वाली रकम एक्स वन हुंदी है, ए एक्स टू हुंदी है, ए वाई वन हुंदी है, ए वाई टू हुंदी है। सिद्धे अनुपात की हुंदा, एक्स वन बटा वाई वन बराबर एक्स टू बटा वाई टू हुंदा। हुण एक्स वन की हैगा थोड़ा, इत्थे आ गया 5, नीचे की आ गया 680 बराबर एक्स टू किन्ना 3, आ वाई टू असी लभना है। तो क्रॉस कर दो जी, क्रॉस करोगे तुहाडे कोल जिहड़ा हैगा है तां 5 नाल आजूगा वाई टू, ते 680 नाल आजूगी गुणा 3, ठीक है। तो हुण आपां वाई टू कढ़ना है, तो गुणा परले पासे भाग चो 680 गुणा 3 भाग 5, 5 दे पहाड़े ते 680, मगर जीरो है तां पक्का जाऊगा जी। सो 136 ते जाऊगा, 5 एकम 5 1 8, 5 3 15, 3 ते 0 5 6 31, ठीक है। ਤੁਸੀਂ ਕਰਕੇ ਦੇਖ ਲਓ, ਕਈ ਵਾਰ ਨਹੀਂ ਬੱਚੇ ਆਪਾਂ ਨੂੰ ਪਤਾ ਲੱਗਦਾ ਤੁਹਾਡੇ ਕੋਲ। ਸੋ 136 ਨੂੰ 3 ਨਾਲ, 3 ਨਾਲ ਗੁਣਾ ਕਰੋਗੇ ਤਾਂ ਪਹਿਲਾਂ ਦਾ 300 ਹੋ ਜਾਏਗਾ, 100 ਨੂੰ 3 ਨਾਲ 336 ਤੇ 108 ਤੇ, ਤਾਂ ਮਤਲਬ 408 ਤੁਹਾਡਾ ਆਨਸਰ ਹੋ ਜਾਏਗਾ। ਫਿਰ ਵੀ ਨਹੀਂ ਪਤਾ ਲੱਗਿਆ, ਗੁਣਾ ਕਰਕੇ ਦੇਖ ਲੈਣ, ਠੀਕ ਹੈ। ਤੋ ਇਹਦਾ ਮਤਲਬ ਹੈ 408 ਬੋਤਲਾਂ 3 ਘੰਟੇ ਦੇ ਵਿੱਚ ਭਰੀਆਂ ਜਾਣਗੀਆਂ, ਕਿਉਂਕਿ ਸਮਾਂ ਘਟਿਆ ਤਾਂ ਬੋਤਲਾਂ ਵੀ ਘਟ ਜਾਣਗੀਆਂ ਤੁਹਾਡੇ ਕੋਲ। ਸੋ ਇਹ ਵਾਲਾ ਹੋ ਗਿਆ ਜੀ ਤੁਹਾਡੇ ਕੋਲ, ਠੀਕ ਹੈ ਜੀ। ਸੋ ਇੱਕ ਕੁਐਸਚਨ ਆਪਾਂ ਹੋਰ ਦੇਖਦੇ ਹਾਂ ਜੀ ਤੁਹਾਡੇ ਕੋਲ ਜਿਹੜਾ ਹੈਗਾ ਹੈ। ਤਾਂ ਹੁਣ ਜ਼ਰਾ ਦੇਖੋ ਤੁਹਾਡੇ ਕੋਲ ਇੱਕ ਬੈਕਟੀਰੀਆ ਦੀ ਫੋਟੋ ਇੰਨੇ ਗੁਣਾ ਵੱਡਾ ਕਰਨ 'ਤੇ ਉਸਦੀ ਲੰਬਾਈ ਇੰਨੀ ਹੋ ਜਾਂਦੀ ਹੈ। ਦੇਖੋ ਇੱਕ ਤਾਂ ਹੈਗੀ ਹੈ ਫੋਟੋ ਦਾ ਮਾਪ ਹੈ, ਇੱਕ ਲੰਬਾਈ ਹੈ, ਠੀਕ ਹੈ ਜੀ। ਦੋ ਹੀ ਚੀਜ਼ਾਂ ਨੇ ਆਪਣੇ ਕੋਲ, ਇੱਕ ਫੋਟੋ ਦਾ ਮਾਪ ਹੈ, ਇੱਕ ਲੰਬਾਈ ਹੈ। ਇੱਕ ਤਾਂ ਫੋਟੋ ਦਾ ਮਾਪ ਹੈ, ਇੱਕ ਲੰਬਾਈ ਹੈ, ਫੋਟੋ ਦਾ ਮਾਪ ਹੈ ਤੇ ਲੰਬਾਈ ਹੈ। ਇੱਕ ਨੂੰ ਆਪਾਂ ਐਕਸ ਕਹਿ ਦੇਣਾ, ਇੱਕ ਨੂੰ ਆਪਾਂ ਵਾਈ ਕਹਿ ਦੇਣਾ, ਠੀਕ। ਹੁਣ ਡੱਬਾ ਪੂਰਾ ਕਰੀਏ। ਇੱਕ ਬੈਕਟੀਰੀਆ ਦੀ ਫੋਟੋ ਨੂੰ ਇੰਨੇ ਗੁਣਾ ਕਰਨ ਤੇ ਉਹਦੀ ਲੰਬਾਈ ਇੰਨੇ। ਸੋ ਫੋਟੋ ਦਾ ਮਾਪ ਹੈ, ਜੇ ਫੋਟੋ ਦਾ ਮਾਪ ਆਪਾਂ 60,000 ਗੁਣਾ ਕਰੀਏ ਤਾਂ ਲੰਬਾਈ 3 ਸੈਂਟੀਮੀਟਰ ਹੋ ਜਾਂਦੀ ਹੈ, ਠੀਕ ਹੈ। ਜੇ ਫੋਟੋ 10 ਕੀਤਾ ਜਾਵੇ ਤੁਹਾਡੇ ਕੋਲ, ਅੱਛਾ ਇੱਥੇ ਕੁਐਸਚਨ ਹੋਰ ਵੀ ਅੱਛੇ, ਠੀਕ ਹੈ। ਤਾਂ ਕਹਿੰਦਾ ਅਗਰ ਫੋਟੋ ਦੀ ਲੰਬਾਈ ਆਪਾਂ ਇੰਨੇ ਗੁਣਾ ਕੀਤੀ ਜਾਵੇ ਤਾਂ ਦੱਸੋ ਕੀ ਆ ਕਿੰਨਾ ਹੋਊਗਾ। ਤਾਂ ਬਿਲਕੁਲ ਸਿੱਧਾ ਸਿੱਧਾ ਟੇਬਲ ਬਣਾਇਆ ਜੀ ਆਪਾਂ, ਕੁਛ ਨਹੀਂ ਕੀਤਾ ਹੈਗਾ। ਹੁਣ ਫੋਟੋ ਦਾ ਮਾਪ ਹੈ, ਇਹਨੂੰ ਐਕਸ ਕੀਤਾ ਤੇ ਇਹਦੇ ਸਾਹਮਣੇ ਐਕਸ ਵਨ ਲੈ ਲਓ, ਇਹਦੇ ਸਾਹਮਣੇ ਐਕਸ ਟੂ ਲੈ ਲਓ, ਇਹਦੇ ਸਾਹਮਣੇ ਵਾਈ ਵਨ ਲੈ ਲਓ, ਇਹਦੇ ਸਾਹਮਣੇ ਵਾਈ ਟੂ ਲੈ ਲਓ। ਜਿੱਡਾ ਵੱਡਾ ਮਾਪ ਹੋ ਰਿਹਾ ਓਡੀ ਉਹਦੀ ਲੰਬਾਈ ਵੱਧ ਰਹੀ ਹੈ। ਤੋ ਐਕਸ ਵਨ ਬਟਾ ਵਾਈ ਵਨ, ਐਕਸ ਟੂ ਬਟਾ ਵਾਈ ਟੂ। ਤੋ ਐਕਸ ਵਨ ਕਿੰਨਾ ਹੋ ਗਿਆ ਜੀ 60,000, ਨੀਚੇ 3, ਇੱਥੇ ਕਿੰਨਾ ਆ ਗਿਆ 10,000, ਨੀਚੇ ਵਾਈ ਟੂ, ਵਾਈ ਟੂ ਆਪਾਂ ਕੱਢਣਾ। ਸੋ ਇਹਨੂੰ ਕੱਟਾਂਗੇ 3 ਤੇ, ਇਹ ਆ ਗਿਆ 20,000। ਤੋ ਵਾਈ 20,000 ਕ੍ਰਾਸ ਕਰਨਾ ਨਾ, ਇੱਥੇ 1 ਹੋ ਗਿਆ, ਤੋ ਵਾਈ ਟੂ ਨੇ 20,000 ਨਾਲ ਕ੍ਰਾਸ ਕਰਨਾ, ਤੋ ਵਾਈ ਟੂ ਇੱਧਰ ਆ ਜਾਏਗਾ, ਇੱਧਰ ਆ ਜਾਏਗਾ 10,000, ਠੀਕ ਹੈ ਜੀ। ਤੋ ਹੁਣ ਆਪਾਂ ਨੇ ਤਾਂ ਵਾਈ ਟੂ ਕੱਢਣਾ ਹੈ, ਤੋ ਜੇ ਆਪਾਂ ਨੇ ਵਾਈ ਟੂ ਕੱਢਣਾ ਹੈ, ਵਾਈ ਟੂ ਦੀ ਵੈਲਿਊ 10,000 ਡਿਵਾਈਡਡ ਬਾਈ 20,000, ਕੈਂਸਲ ਕਰੋਗੇ 1/2 ਸੈਂਟੀਮੀਟਰ ਆ ਜਾਏਗੀ।
ठीक है जी। 100 1/2 सेंटीमीटर आ गई। सो इन्ना ही कर लेने जी इस वीडियो में, आप पांच क्वेश्चन फिनिश कर ले जी। पार्ट नंबर 2 सीगा साडा, तो पांच क्वेश्चन फिनिश हो गए जी थोड़े को, ठीक है जी। सो शेयर जरूर कर दिया करो थोड़े को, नाले जे सब्सक्राइब नहीं किया तो जरूर कर दियो जी। थैंक यू।